ਹਾਂਜੀ ਨੌਵੀਂ ਕਲਾਸ ਦੇ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇੱਕ ਕਲਾਸ ਨੌਵੀਂ ਦੇ ਲਈ ਸਰੀਰਿਕ ਸਿੱਖਿਆ ਯਾਨਕੀ ਫਿਜ਼ੀਕਲ ਐਜੂਕੇਸ਼ਨ ਦਾ ਮਾਰਚ 2024 ਦੀ ਪ੍ਰੀਖਿਆਵਾਂ ਵਿੱਚ ਲਈ ਵੈਰੀ ਵੈਰੀ ਇੰਪੋਰਟੈਂਟ ਪੇਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਪੇਪਰ ਸੋਲਵ ਕਰਾ ਕੇ ਦਿਖਾਇਆ ਜਾਊਗਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਹੁਣੇ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂਕਿ ਹੋਰਾਂ ਤੱਕ ਵੀ ਵੀਡੀਓ ਪਹੁੰਚ ਜਾਵੇ ਇਹ ਜਿਹੜਾ ਪੇਪਰ ਆ ਤੁਹਾਨੂੰ ਇਹ ਹੈਗਾ 50 ਪੇਪਰ 2 ਘੰਟਿਆਂ ਬਾਅਦ ਤੁਸੀਂ ਫ੍ਰੀ ਹੋ ਅਤੇ ਸਭ ਤੋਂ ਪਹਿਲਾਂ ਜਿਵੇਂ ਕਿ ਭਾਗ ੳ ਦੇ ਵਿੱਚ ਬਸਟਨਿਸ ਅਪਰੇਸ਼ਨ ਆ ਰਹੇ ਨੇ ਮੈਂ ਤੁਹਾਨੂੰ ਸ਼ੁਰੂ ਤੋਂ ਕਰਵਾਉਣਾਗਾ ਠੀਕ ਹੈ ਜੀ ਤਾਂ ਇਹ ਸੈਂਪਲ ਪੇਪਰ ਨੰਬਰ 1 ਹੈ ਅਤੇ ਸੈਂਪਲ ਪੇਪਰ ਨੰਬਰ 2 ਵੀ ਮੈਂ ਜਲਦੀ ਪਾ ਰਿਹਾ ਚੈਨਲ ਤੇ ਤਾਂ ਚੈਨਲ ਨੂੰ ਹੁਣੇ ਦੀ ਸਬਸਕ੍ਰਾਈਬ ਕਰ ਲਓ ਤਾਂ ਜਿਵੇਂ ਕਿ ਫਰਸਟ ਕੁਐਸਚਨ ਹੈਗਾ YMCA ਦੀ ਸਥਾਪਨਾ ਕਦੋਂ ਕੀਤੀ ਗਈ ਜਿਹੜੀ ਇਹ ਸਥਾਪ YMCA EH ਜਿਹੜੀ ਇਹ ਇਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਉਹ ਕੀਤੀ ਗਈ ਸੀ 1920 ਦੇ ਵਿੱਚ ਕੀਤੀ ਗਈ ਸੀ ਇਸ ਦੀ ਸਥਾਪਨਾ ਤਾਂ ਜਿਹੜੇ ਹੈਗੇ ਨੇ ਇੱਕ ਨੰਬਰ ਵਾਲੇ ਕਵਿਸ਼ਨ ਨੇਗੇ ਤਾਂ ਇਸ ਤੋਂ ਬਾਅਦ ਦੂਜਾ ਕਵਿਸ਼ਨ ਹੈਗਾ ਸਰੀਰ ਸਿੱਖਿਆ ਦਾ ਉਪਦੇਸ਼ ਹਾਂਜੀ ਉਦੇਸ਼ ਕੀ ਹੈ ਜਿਹੜਾ ਸਰੀਰ ਸਿੱਖਿਆ ਦਾ ਉਦੇਸ਼ ਆਪਨੇ ਦੱਸਣਾ ਚਲੋ ਮੈਂ ਤੁਹਾਨੂੰ ਇਸ ਦਾ ਅਨਸਰ ਦਿਖਾਉਣਾ ਹਾਂਜੀ ਇਸ ਤੋਂ ਦੇਖ ਸਾ ਤੁਸੀਂ ਸਰੀਰਿਕ ਸਿੱਖਿਆ ਦਾ ਉਦੇਸ਼ ਮਨੁੱਖ ਦੀ ਸਖਸ਼ੀਅਤ ਦੀ ਸਰਵਪੱਖੀ ਵਿਕਾਸ ਕਰਨਾ ਠੀਕ ਹੈ ਜੀ ਇਹ ਤੁਹਾਡਾ ਆਨਸਰ ਨੋਟ ਕਰ ਲਓ ਇਸ ਨੂੰ ਇਸ ਤੋਂ ਅਗਲਾ ਪ੍ਰਸ਼ਨ ਹੈਗਾ ਤੀਜਾ pranayam ਦੀ ਕਿਸੇ ਇੱਕ ਕਿਸਮ ਦਾ ਨਾਮ ਲਿਖੋ ਠੀਕ ਹੈ ਜਿਹੜੀ pranayama ਤਾਂ ਇਸ ਦੀ ਕਿਸੇ ਇੱਕ ਕਿਸਮ ਦਾ ਆਪਾਂ ਨੇ ਨਾਮ ਲਿਖਣਾਗਾ ਤਾਂ ਆਪਾਂ ਲਿਖ ਸਕਦੇ ਹਾਂਗੇ ਹਾਂਜੀ 10 ਤਰੀਕਾ ਉਹ ਤੋਂ ਪੇਛੇ ਤੁਸੀਂ ਲਿਖ ਦੇਣਾ pranayam ਯਾਨੀ ਜਿੱਦ ਤੱਕ ਸੋਸਾ ਤਾ ਰਾਰਨ ਸ਼ਹਿਰੀ ਕੱਕੇ ਨਾ ਤਦ ਤ੍ਰਿਸ਼ਾ ਉਸ ਤੋਂ ਬਾਅਦ ਲਾਸਟ ਲਿਖ ਦੇਣਾ ਤੁਸੀਂ ਨੇ ਪ੍ਰਾਣਾਯਮ ਠੀਕ ਹੈ ਜੀ ਇੱਕ ਕਿਸਮ ਉਸ ਦੀ ਬਨਾਯਨਮ ਦੀ ਇਸ ਤੋਂ ਬਾਅਦ ਹੈਗਾ ਚੌਥਾ ਬਲਵੀਰ ਸਿੰਘ ਸੀਨੀਅਰ ਦੀ ਖੇਡ ਕਿਹੜੀ ਹੈ ਬਲਵੀਰ ਸਿੰਘ ਜਿਹੜਾ ਸੀਨੀਅਰ ਉਸ ਦੀ ਖੇਡ ਸੀਗੀ ਹਾਕੀ ਖੇਡ ਹੈ ਠੀਕ ਹੈ ਜੀ ਹਾਕੀ ਖੇਡ ਠੀਕ ਹੈ ਹਾਕੀ ਖੇਡ ਨੋਟ ਕਰ ਲਿਓ ਜੀ ਦਾ ਆਨਸਰ ਅਤੇ ਜਿਹੜਾ ਪੇਪਰ ਹੈ ਇਹ ਹੀ ਹੈ ਇਹ ਕਾਫੀ ਜਿਆਦਾ ਜਿਹੜਾ ਵਾਇਰਲ ਹੋ ਰਿਹਾ ਸੀਗਾ ਤਾਂ ਕਰਕੇ ਮੈਂ ਤੁਹਾਡੇ ਨਾਲ ਇਹ ਸੋਲਵ ਕਰਕੇ ਕਰਵਾ ਰਿਹਾ ਠੀਕ ਹੈ ਜੀ ਚੰਗੀ ਤਰ੍ਹਾਂ ਇਸ ਨੂੰ ਪੜ੍ਹ ਕੇ ਜਾਣਾ ਐਂਡ ਤੱਕ ਇਸ ਤੋਂ ਬਾਅਦ ਦਾ ਨੈਕਸਟ ਕੁਐਸਚਨ ਹੈਗਾ ਪੰਜਵਾਂ ਏਸ਼ੀ ਖੇਡਾਂ ਕਿਸ ਕਿਸ ਈਸਵੀ ਵਿੱਚ ਸ਼ੁਰੂ ਹੋਈਆਂ ਜਿਹੜੇ ਏਸਵੀ ਖੇਡਣ ਸੀ ਉਹ ਕਿਹੜੀ ਈਸਵੀ ਦੇ ਵਿੱਚ ਸ਼ੁਰੂ ਹੋਈਆਂ ਸੀ ਉਹ ਹੋਈਆਂ ਸੀਗੀਆਂ 1951 ਈਸਵੀ ਦੇ ਵਿੱਚ ਠੀਕ ਹੈ ਜੀ ਨੋਟ ਕਰ ਲਈਏ ਇਸ ਦਾ ਆਨਸਰ ਇਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਖਾਲੀ ਥਾਂ ਮ ਆ ਗਈਆਂ ਨੇ ਸਹੀ ਮੀ ਹੈਗੀ ਹੈ ਲక్ష్ਮੀਬਾਈ ਨੈਸ਼ਨਲ ਕਾਲਜ ਆਫ ਫਿਜ਼ੀਕਲ ਡੈਸ਼ ਵਿਸ਼ੇ ਵਿਖੇ ਸਥਿਤ ਹੈ ਜਿਹੜਾ ਇਹ ਕਾਲਜ ਹੈਗਾ ਲక్ష్ਮੀਬਾਈ ਦੇ ਨਾਮ ਤੇ ਫਿਜ਼ੀਕਲ ਠੀਕ ਹੈ ਜੀ ਇਹ ਕਿੱਥੇ ਸਥਿਤ ਹੈਗਾ ਇਹ ਹੈਗਾ ਗਵਾਲੀਆ ਦੇ ਵਿੱਚ ਹੈ ਠੀਕ ਹੈ ਜੀ ਗਵਾਲੀਅਰ ਗਵਾਲੀਅਰ ਦੇ ਵਿੱਚ ਸਥਿਤ ਹੈ ਜਿਹੜਾ ਕਿ ਹੈਗਾ ਮੱਧ ਪ੍ਰਦੇਸ਼ ਦੇ ਵਿੱਚ ਹੈ ਜਾਨਕੀ ਐਮਪੀ ਦੇ ਵਿੱਚ ਹੈ ਤੁਸੀਂ ਬਰੈਕਟ ਵਿੱਚ ਪਾ ਕੇ ਲਿਖ ਦੇਣਾ ਮੱਧ ਪ੍ਰਦੇਸ਼ ਠੀਕ ਹੈ ਜੀ ਤਾਂ ਪਹਿਲਾਂ ਲਿਖ ਦੇਣਾ ਗਵਾਲੀਅਰ ਠੀਕ ਹੈ ਉਸ ਤੋਂ ਬਾਅਦ ਲਿਖ ਦੇਣਾ ਬਰੈਕਟ ਵਿੱਚ ਪਾ ਕੇ ਮੱਧ ਪ੍ਰਦੇਸ਼ ਇਤਵਸ 7 ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਕਿਰਿਆਸ਼ੀਲ ਇਕਾਈ ਡੈਸ਼ ਹੈ ਠੀਕ ਹੈ ਸਭ ਤੋਂ ਛੋਟੀ ਕਿਰਿਆਸ਼ੀਲ ਇਕਾਈ ਬਾਰੇ ਦੱਸਣੀ ਹੈ ਇਕਾਈ ਕਿਹੜੀ ਆ ਉਹ ਹੈਗਾ ਕੋਸ਼ਿਕਾ ਠੀਕ ਹੈ ਜੀ ਕੋਸ਼ਿਕਾ ਬਰੈਕਟ ਵਿੱਚ ਪਾ ਦੇਣਾ ਤੁਸੀਂ ਸੈਲ ਠੀਕ ਹੈ ਜੀ ਬੈਕਟਰੀ ਪਾ ਦੇਣਾ ਸੀ ਸੈੱਲ ਦਾ ਤੁਹਾਡਾ ਇਹ ਆਨਸਰ ਹੈਗਾ ਠੀਕ ਹੈ ਜੀ ਨੋਟ ਕਰ ਲਓ ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਅੱਠਵਾਂ ਸਟ੍ਰਾਂਗ ਯੋਗ ਵਿੱਚ ਡੈਸ਼ ਕ੍ਰਿਆਮਾਂ ਹੁੰਦੀਆਂ ਨੇ ਜਿਹੜਾ ਸਟ੍ਰਾਂਗ ਯੋਗ ਹੁੰਦਾ ਉਸ ਦੇ ਵਿੱਚ ਕੁੱਲ ਹੁੰਦੀਆਂ ਨੇਗੀਆਂ ਅੱਠ ਕ੍ਰਿਆਮਾਂ ਹੁੰਦੀਆਂ ਨੇ ਠੀਕ ਹੈ ਜੀ ਅੱਠ ਕ੍ਰਿਆਮਾਂ ਤਾਂ ਨੋਟ ਕਰ ਲਓ ਇਸ ਦਾ ਆਨਸਰ ਇਸ ਤੋਂ ਬਾਅਦ ਅਗਲਾ ਕੰਪਿਟਿਸ਼ਨ ਹੈ ਨੋਮਾ ਮਿਲਖਾ ਸਿੰਘ ਦਾ ਜਨਮ ਡੈਸ਼ ਵੀਸੀ ਵਿੱਚ ਹੋਇਆ ਠੀਕ ਹੈ ਜੀ ਮਿਲਖਾ ਸਿੰਘ ਦਾ ਆਪਣਾ ਜਨਮ ਦੱਸਣਾ ਕਿਹੜੀ ਈਸਵੀ ਦੇ ਵਿੱਚ ਹੋਇਆ ਬੈਸਤਾ ਜੇਕਰ ਆਪਾਂ ਕਈ ਥਾਵਾਂ ਤੇ ਜਿਹੜਾ ਮਿਲਖਾ ਸਿੰਘ ਦਾ ਜਨਮ ਹੈਗਾ ਉਹ ਲਿਖਿਆ ਹੋਇਆ ਬਿਨਾਂ 1929 ਦੇ ਵਿੱਚ ਹੋਇਆ ਕਈ ਥਾਵਾਂ ਤੇ ਲਿਖਿਆ ਹੋਇਆ 1935 ਦੇ ਵਿੱਚ ਹੋਇਆ ਜੇਕਰ ਆਪਾਂ ਗੂਗਲ ਕਰਕੇ ਦੇਖਾਂਗੇ ਉੱਥੇ ਲਿਖਿਆ ਆਊਗਾ ਬਿਨਾਂ 1929 ਤਾਂ ਜੇਕਰ ਆਪਾਂ ਕੋਈ ਬੁੱਕਾਂ ਵਿੱਚ ਦੇਖਾਂਗੇ ਉੱਥੇ ਕਈ ਕਈ ਥਾਵਾਂ ਤੇ ਲਿਖਿਆ ਹੋਇਆ 1929 ਅਤੇ ਕਈ ਥਾਵਾਂ ਤੇ ਲਿਖਿਆ ਆ 1935 ਤਾਂ ਇਸ ਦਾ ਜਿਹੜਾ ਆਨਸਰ ਆ ਉਹ ਤੁਸੀਂ ਨੇ ਡਿਸਾਈਡ ਕਰਨਾ ਵੀ ਇਹਨੇ ਕਿਹੜਾ ਕਰ ਦੋਸਤੋ ਨੋਮੇ ਤੁਸੀਂ ਕਿਹੜਾ ਆਨਸਰ ਤੁਹਾਡੇ ਟੀਚਰ ਵੱਲੋਂ ਕਰਵਾਇਆ ਗਿਆਗਾ ਤਾਂ ਜਲਦੀ ਨੀਚੇ ਕਮੈਂਟ ਬਾਕਸ ਵਿੱਚ ਦਿਓ ਤੁਹਾਨੂੰ ਨੋਮੇ ਦਾ ਆਨਸਰ ਤਾਂ ਇਸ ਤੋਂ ਬਾਅਦ ਹੈਗਾ 10ਵਾਂ ਸਾਲ 2024 ਦੀਆਂ 올림픽 ਖੇਡਾਂ ਡੈਸ਼ ਦੇਸ਼ ਵਿੱਚ ਹੋਣਗੀਆਂ ਠੀਕ ਹੈ ਜਿਹੜੀਆਂ 올림픽 ਖੇਡਾਂ ਨੇਗੀਆਂ ਇਸੇ ਸਾਲ ਦੀਆਂ ਉਹ ਕਿਹੜੇ ਦੇਸ਼ ਦੇ ਵਿੱਚ ਹੋਣਗੀਆਂ ਉਹ ਹੋਣਗੀਆਂ ਫਰਾਂਸ ਦੇ ਵਿੱਚ ਯਾਨੀ ਕਿ ਇਹ ਹੈਗਾ ਪੈਰਿਸ ਟੀ ਬ੍ਰੈਕਟ ਵਿੱਚ ਪਾ ਦੇਣਾ ਤੁਸੀਂ ਪੈਰਿਸ ਦੇ ਵਿੱਚ ਤਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗੇ ਨੇ ਸਹੀ ਜਾਂ ਗਲਤ ਵਾਲੇ ਠੀਕ ਹੈ ਜੀ ਏ ਵੀ ਇੱਕ ਇੱਕ ਨੰਬਰ ਦੇ ਨੇ ਜਿਵੇਂ ਕਿ ਪਹਿਲਾ ਰਾਜਕੁਮਾਰੀ ਅਮਰਿਕਤਾ ਕੋਰ ਦੇ ਨਾਂ ਤੇ ਕੋਚਿੰਗ ਸਕੀਮ ਚਲਾਈ ਗਈ ਤਾਂ ਇਸ ਦੇ ਨਾਮ ਤੇ ਕੋਈ ਕੋਚਿੰਗ ਸਕੀਮ ਚਲਾਈ ਗਈ ਸੀ ਹਾਂਜੀ ਜਿਹੜਾ ਇਹ ਹੈਗਾ ਇਹ ਹੈਗਾ ਸਹੀ ਯਾਨੀ ਕਿ ਰਾਈਟ ਇਸੋ ਸੈਕਿੰਡ 12ਵਾਂ ਦਾ ਖੇਡਾਂ ਖਿਡਾਰੀ ਦੇ ਆਤਮ ਵਿਸ਼ਵਾਸ ਨੂੰ ਘੱਟ ਕਰਦੀਆਂ ਨੇ ਨਹੀਂ ਜੀ ਇਹ ਹੈਗਾ ਗਲਤ ਯਾਨੀ ਕਿ ਆਪਣੇ ਜਿਹੜੇ ਇਹ ਆਤਮ ਵਿਸ਼ਵਾਸ ਨੂੰ ਵਧਾਉਂਦੀਆਂ ਨੇ ਇੱਥੇ ਲਿਖਿਆ ਹੈ ਘੱਟ ਕਰਦੀਆਂ ਤਾਂ ਇਹ ਗਲਤ ਹੋ ਗਿਆ ਇਸ ਵਾਰ 13ਵਾਂ ਵਜਨ ਅਸਨ ਖਾਣਾ ਖਾਣ ਤੋਂ ਬਾਅਦ ਕੀਤਾ ਜਾਂਦਾ ਹੈ ਹਾਂਜੀ ਬਿਲਕੁਲ ਸਹੀ ਹੈ ਨੋਟ ਕਰ ਲੋ ਇਹਨਾਂ ਦੇ ਆਨਸਰ ਤਾਂ ਅਗਲਾ ਪ੍ਰਸ਼ਨ ਹੈਗਾ 14ਵਾਂ ਮਿਲਕਾ ਸਿੰਘ ਨੂੰ ਫਲਾਈਂਗ ਸਿੰਘ ਵੀ ਕਿਹਾ ਜਾਂਦਾ ਹੈ ਹਾਂਜੀ ਬਿਲਕੁਲ ਸਹੀ ਹੈਗਾ ਤਾਂ ਇਹ ਟਿੱਕ ਲੱਗ ਜੂ ਇਸ ਤੋਂ ਬਾਅਦ 15ਵਾਂ ਨਵੀਨ 올ੰਪਿਕ ਖੇਡਾਂ 1894 ਈਸਵੀ ਵਿੱਚ ਸ਼ੁਰੂ ਹੋਈਆਂ ਤਾਂ ਇਹ ਜਿਹੜੇ ਨਵੀਨ 올ੰਪਿਕ ਖੇਡਾਂ ਸੀਗੀਆਂ ਇਹ ਜਿਹੜੀਆਂ ਹੋਈਆਂ ਸੀ ਇਹ 1894 ਵਿੱਚ ਨਹੀਂ ਹੋਈਆਂ ਸੀ ਤਾਂ ਇਹ ਗਲਤ ਹੋ ਗਿਆ ਤਾਂ ਨੋਟ ਕਰ ਲੋ ਇਹਨਾਂ ਦੀ ਆਨਸਰ ਇਸ ਤੋਂ ਬਾਅਦ ਬਹੁਤ ਬਿਲਕੁਲ ਪ੍ਰੀਪਰੇਸ਼ਨ ਆ ਗਏ ਨੇ ਠੀਕ ਹੈ ਜੀ ਆਪਾਂ ਦੇਖਦੇ ਹਾਂ ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਮਨੁੱਖੀ ਸਰੀਰ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਨਾ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਨੀਚੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜਿਹਨੂੰ ਜਿਹਨੂੰ ਪਤਾ ਆਨਸਰ ਮੈਂ ਦੇਖਦਾ ਵੀ ਨਾ ਕਿਨੂੰ ਕਿਨੂੰ ਪਤਾ ਤੇ ਜਿਹੜਾ ਸਭ ਤੋਂ ਪਹਿਲਾਂ ਇਸ ਦਾ ਆਨਸਰ ਦੇਊਗਾ ਉਸ ਦਾ ਮੈਂ ਕਮੈਂਟ ਆ ਜਿਹੜਾ ਲਾਈਕ ਕਰੂੰਗਾ ਜਲਦੀ ਦੱਸੋ ਇਸ ਦਾ ਆਨਸਰ ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਹਾਂਜੀ ਮੈਂ ਤੁਹਾਨੂੰ ਦੱਸ ਦਿਆਂ ਮੈਂ ਇਸ ਦਾ ਆਨਸਰ ਮਨੁੱਖੀ ਸਰੀਰ ਦੇ ਵਿੱਚ 206 ਹੱਡੀਆਂ ਹੁੰਦੀਆਂ ਨੇ ਕੁੱਲ ਇਸ ਤੋਂ ਬਾਅਦ ਸਤਾਰਮਾਗਾ ਸਰੀਰਿਕ ਸਿੱਖਿਆ ਖਿਡਾਰੀਆਂ ਅੰਦਰ ਕਿਹੜੀ ਭਾਵਨਾ ਵਿਕਸਿਤ ਕਰਦੀ ਹੈ ਠੀਕ ਹੈ ਜੀ ਕਿਹੜੀ ਭਾਵਨਾ ਕਿ ਜਿਹੜੀ ਉਹ ਵਿਕਸਿਤ ਕਰਦੀ ਹੈ ਕਿ ਸਰੀਰਿਕ ਸਿੱਖਿਆ ਤਾਂ ਜਿਹੜਾ 17ਵਾਂ ਦਾ ਆਨਸਰ ਹੈਗਾ ਤੁਹਾਡਾ ਉਹ ਆਊਗਾ ਉਪਰੋਖਤ ਸਾਰੇ ਯਾਨੀ ਕਿ ਉਤਸ਼ਾਹ ਭਰਦੀ ਹੈਗੀ ਠੀਕ ਹੈ ਜੀ ਸਰੀਰਿਕ ਸਿੱਖਿਆ ਮਿੱਤਰਤਾ ਭਰਦੀ ਹੈ ਹੰਦਰ ਦੀ ਭਰਦੇ ਤਾਂ ਅਕਕ ਜਿਹੜਾ ਇਸ ਦਾ ਆ ਗਿਆ ਫੋਰਸ ਯਾਨੀ ਕਿ ਉਪਰੋਖਤ ਸਾਰੇ ਧਾਰਮਾ ਗਲਪਿਕ ਝੰਡਾ ਪਹਿਲੀ ਵਾਰ ਕਦੋਂ ਲਹਿਰਾਇਆ ਗਿਆ ਤਾਂ ਜਿਹੜਾ 올림픽 ਝੰਡਾ ਸੀ ਉਹ ਪਹਿਲੀ ਵਾਰ ਲਹਿਰਾਇਆ ਗਿਆ ਸੀ 1920 ਵੀ ਦੇ ਵਿੱਚ ਜਾਨੀ ਕਿ ਪਹਿਲਾ ਆਪਸ਼ਨ ਅਜੂਗੀ 19ਵਾਂਗਾ ਕੌਰ ਸਿੰਘ ਦੀ ਖੇਡ ਕੇਰੀ ਹੈ ਜਿਹੜੇ ਕੋਰ ਸਿੰਘ ਸੀਗੇ ਉਹਨਾਂ ਦੀ ਜਿਹੜੀ ਖੇਡ ਹੈਗੀ ਉਹ ਕਿਹੜੀ ਸੀਗੀ ਤਾਂ ਉਹ ਦੱਸਣਾਗਾ ਆਪਣੇ ਤਾਂ ਉਹ ਹੈਗੀ ਸੀ ਮੁੱਕੇਬਾਜ਼ੀ ਜਾਨਕੀ ਪਹਿਲੀ ਆਪਸ਼ਨ ਬੀਮਾਗਾ ਨਵੀਨ 올ੰਪਿਕ ਖੇਡਾਂ ਕਿਸ ਇਸਵੀ ਵਿੱਚ ਸ਼ੁਰੂ ਹੋਈਆਂ ਹਾਂਜੀ ਜਿਹੜੀਆਂ ਹੈ 올ੰਪਿਕ ਖੇਡਾਂ ਸੀਗੀਆਂ ਇਹ ਹੋਈਆਂ ਸੀ 1896 ਇਸੀ ਦੇ ਵਿੱਚ ਜਾਨਕੀ ਸ਼ੁਰੂ ਹੋਈਆਂ ਸੀ ਜਾਨਕੀ ਦੂਜੀ ਆਪਸ਼ਨ ਟਿਕ ਕਰ ਲਓ ਇਸਦੇ ਨਾਲ ਹੀ ਤੁਹਾਡੇ 20 ਨੰਬਰ ਪੇਪਰ ਕੰਪਲੀਟ ਹੋ ਰਿਹਾ ਇਸ ਤੋਂ ਬਾਅਦ ਆ ਗਿਆ ਭਾਗ ਐਡਾ ਪਾਏਗਾ ਐਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਵਿਸ਼ਵ ਯੁੱਧ ਕਾਰਨ ਕਿਸ ਕਿਸ ਸਾਲ ਵਿੱਚ 올림픽 ਖੇਡਾਂ ਰੱਦ ਕਰ ਦਿੱਤੀਆਂ ਗਈਆਂ ਠੀਕ ਕਿਸ ਕਿਸ ਸਾਲ ਦੇ ਵਿੱਚ ਜਿਹੜੀਆਂ ਸੀਗੀਆਂ 올림픽 ਖੇਡਾਂ ਸੀਗੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸੀ ਚਲੋ ਆਪਾਂ ਜਿਹੜਾ 21 ਮਈ ਦਾ ਉਹ ਆਨਸਰ ਉਹ ਦੇਖਦੇ ਹਾਂਗੇ ਹਾਂਜੀ आधुनिक ओलंपिक ਖੇਡਾਂ ਕਿੰਨਾ ਸਾਲਾਂ ਵਿੱਚ ਰੱਦ ਕੀਤੀਆਂ ਗਈਆਂ ਅਤੇ ਕਿਉਂ ਉੱਤਰ ਆ ਗਿਆ ओलंपिक ਖੇਡਾਂ 1916 ਵਿੱਚ ਪਹਿਲੇ ਵਿਸ਼ਵ ਯੁੱਧ ਕਾਰਨ ਅਤੇ 1940 ਅਤੇ 1944 ਵਿੱਚ ਦੂਜੇ ਯੁੱਸਫ ਹਾਂਜੀ ਵਿਸ਼ਵ ਯੁੱਧ ਕਾਰਨ ਰੱਦ ਕੀਤੀਆਂ ਗਈਆਂ ਸੀ ਠੀਕ ਹੈ ਜੀ ਵਿਸ਼ਵ ਯੁੱਧ ਕਾਰਨ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਸੀ ਇਹ ਤੁਹਾਡਾ ਆਨਸਰ ਹੈ ਇਸ ਤੋਂ ਅਗਲਾ ਪ੍ਰਸ਼ਨ ਹੈਗਾ ਹਾਂਜੀ ਅਗਲਾ ਪ੍ਰਸ਼ਨ ਹੈਗਾ ਤੁਹਾਡਾ ਸਾਹ ਪ੍ਰਣਾਲੀ ਅਤੇ ਲਹੂ ਪ੍ਰਣਾਲੀ ਵਿੱਚ ਸਾਮਿਲ ਅੰਗਾਂ ਦੇ ਨਾਮ ਲਿਖੋ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜੇ ਅੰਗ ਹੁੰਦੇ ਨੇਗੇ ਸਾਮਿਲ ਆਪਾਂ ਨੇ ਉਹਨਾਂ ਦਾ ਨਾਮ ਲਿਖਣਾ ਹਾਂਜੀ ਆਗੇ ਤੁਹਾਡਾ ਪਹਿਲਾ ਠੀਕ ਹੈ ਜੀ ਸਾਹ ਪ੍ਰਣਾਲੀ ਦੇ ਭਿੰਨ-ਭਿੰਨ ਅੰਗ ਹੀਟ ਲਿਖੇ ਹਨ ਤਾਂ ਸਾਹ ਪ੍ਰਣਾਲੀ ਦੇ ਵਿੱਚ ਆਜੂ ਨੱਕ ਠੀਕ ਹੈ ਜੀ ਇਸ ਤੋਂ ਬਾਅਦ ਆ ਜੁਗਾ ਸੰਗ ਜਾਨਕੀ ਗ੍ਰੈਸਨਿਕਾ ਇਸ ਤੋਂ ਬਾਅਦ ਸਵਾਰੀ ਯੰਤਰ ਜਾਨਕੀ ਕੰਠ ਚੌਥਾ ਹੈਗਾ ਸਵਾਸ ਨਲੀ ਜਾਂ ਟਿਟੂਆ ਪੰਜਵਾਂ ਹੈਗਾ ਸਵਾਸ ਨਲੀਆਂ ਇਸ ਵਸੇਮਾ ਹੈਗਾ ਫੇਫੜੇ ਜਾਨੀ ਕਿ ਜਦੋਂ ਆਪਾਂ ਸਾਹ ਲੈਂਦੇ ਆ ਉਦੋਂ ਕਿਹੜੇ ਕਿਹੜੇ ਅੰਗ ਆਪਣੇ ਕੰਨ ਚੱਲਦੇ ਨੇ ਕਿ ਸਾਹ ਲੈਣ ਦੇ ਵਿੱਚ ਆਪਣੀ ਮਦਦ ਕਰਦੇ ਨੇ ਉਹ ਸਾਰੇ ਨੇ ਲਿਖੀ ਹੋਏ ਨੇ ਇਸ ਤੋਂ ਬਾਅਦ ਆ ਗਿਆ ਲਹੂ ਗੇੜ ਪ੍ਰਣਾਲੀ ਦੇ ਅੰਗਾਂ ਦੇ ਨਾਂ ਠੀਕ ਹੈ ਜੀ ਲਹੂ ਗੇੜ ਦੇ ਵਿੱਚ ਆ ਜਾਣਗੇ ਦਿਲ ਲਹੂ ਅਤੇ ਲਹੂ ਨਲੀਆਂ ਲਹੂ ਗੇੜ ਪ੍ਰਣਾਲੀ ਦੇ ਮੁੱਖ ਅੰਗ ਹਨ ਹਾਂਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਆਪਾਂ ਦੇਖਦੇ ਹਾਂਗੇ ਹਾਂਜੀ ਸਰੀਰਿਕ ਸਿੱਖਿਆ ਦੀ ਪ੍ਰਭਾਸ਼ਾ ਲਿਖੋ ਹਾਂਜੀ ਸਰੀਰਿਕ ਸਿੱਖਿਆ ਦੀ ਪ੍ਰਭਾਸ਼ਾ ਕੀ ਇਸ ਤੋਂ ਬਾਅਦ 24 ਮਾਝ ਮਕੀ ਚੱਕਰ ਆਸਨ ਦੇ ਕੋਈ ਦੋ ਲਾਭ ਲਿਖੋ ਇਸ ਤੋਂ 25 ਮਾਗਾ ਏਸ਼ੀ ਖੇਡਨ ਦਾ ਮਾਟੋ ਕੀ ਹੈ ਆਪਾਂ ਸਾਰੇ ਇੱਕਦਮ ਦੇਖ ਲੈਣੇ ਆ ਸਰੀਰਿਕ ਸਿੱਖਿਆ ਦੀ ਪ੍ਰਭਾਸ਼ਾ ਆਪਾਂ ਦੇਖਦੇ ਹਾਂ ਹਾਂਜੀ ਸਰੀਰਿਕ ਸਿੱਖਿਆ ਦੀ ਪ੍ਰਭਾਸ਼ਾ ਆਧੁਨਿਕ ਯੁੱਗ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਹੋਣ ਨਾਲ ਸਰੀਰ ਸਿੱਖਿਆ ਦੀਆਂ ਧਾਰਨਾਵਾਂ ਵਿੱਚ ਵੀ ਤਬਦੀਲੀ ਆਈ ਹੈ ਅੱਜ ਵਿਸ਼ਵ ਦਾ ਹਰੇਕ ਦੇਸ਼ ਸਰੀਰਕ ਸਿੱਖਿਆ ਦੇ ਮਹੱਤਵ ਨੂੰ ਕਬੂਲ ਕਰ ਰਿਹਾ ਹੈ ਪਹਿਲਾਂ ਸਰੀਰਕ ਸਿੱਖਿਆ ਨੂੰ ਸਿਰਫ ਖੇਡਾਂ ਅਤੇ ਮਨ ਪਰਚਾਵੇ ਦਾ ਸਾਧਨ ਹੀ ਸਮਝਿਆ ਜਾਂਦਾ ਸੀ ਪਰ ਅੱਜ ਇਸ ਵਿਸ਼ੇ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਵਿਸ਼ੇ ਵਜੋਂ ਸਾਮਿਲ ਕੀਤਾ ਗਿਆ ਹੈ ਸਮੇਂ-ਸਮੇਂ ਤੇ ਆਈਆਂ ਤਬਦੀਲੀਆਂ ਕਾਰਨ ਇਸ ਵਿਸ਼ੇ ਦੀਆਂ ਪ੍ਰਵਾਸ ਸਵਾਂ ਵਿੱਚ ਵੀ ਬਦਲਾਅ ਆਇਆ ਕੋਈ ਪ੍ਰਮੁੱਖ ਵਿਦਵਾਨਾਂ ਵੱਲੋਂ ਸ੍ਰੀ ਸਿੱਖਿਆ ਵਾਰਿਸ ਦਿੱਤੀਆਂ ਪ੍ਰਵਾਸਾਂ ਨਿਮਨ ਅਨੁਸਾਰ ਹਨ ਹਾਂਜੀ ਤੁਸੀਂ ਪ੍ਰਵਾਸਾਂ ਦੇ ਵਿੱਚ ਐਨਾ ਕੀ ਲਿਖ ਦੇਣਾ ਕਿਉਂਕਿ ਤੁਹਾਡੇ ਲਈ ਐਨਾ ਕੀ ਬਾਧੂ ਆ ਕਿਉਂਕਿ ਜਿੰਨੇ ਨੰਬਰ ਦਾ ਹੈਗਾ ਉਵੇਂ ਉਨਾ ਹੀ ਤੁਸੀਂ ਨੇ ਜਿਹੜਾ ਇਸ ਦਾ ਆਨਸਰ ਹੈ ਉਹ ਲਿਖਣਾ ਇਥੇ ਅਗਲਾ ਪ੍ਰਸ਼ਨ ਹੈਗਾ ਚੱਕਰ ਆਸਨ ਹਾਂਜੀ ਗੋਲ ਚੱਕਰ ਵਾਂਗ ਸਰੀਰ ਕਰਨਾ ਮਤਲਬ ਇਸ ਨੂੰ ਕਹਿੰਦੇ ਨੇ ਚੱਕਰ ਆਸਨ ਜਿੱਦਾਂ ਆਪਾਂ ਇਸ ਤਰ੍ਹਾਂ ਆਪਣਾ ਸਰੀਰ ਕਰਦੇ ਆਂਗੇ ਪੈਰ ਇਧਰ ਲਾ ਕੇ ਤੇ ਹੱਥ ਨੀਚੇ ਲਾ ਕੇ ਇਸ ਨੂੰ ਕਹਿੰਦੇ ਆਪਾਂ ਚੱਕਰ ਆਸਨ ਇਸ ਦੇ ਲਾਭ ਲਿਖਣੇ ਨੇਗੇ ਹਾਂਜੀ ਚੱਕਰ ਆਸਨ ਦੇ ਲਾਭ ਪਹਿਲਾ ਹੈਗਾ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਨੇਗੀਆਂ ਸਰੀਰ ਇਸ ਦੇ ਚੱਕਰ ਆਸਨ ਦੇ ਨਾਲ ਦੂਜਾ ਹੈਗਾ ਸਰੀਰ ਦੇ ਸਾਰੇ ਅੰਗਾਂ ਨੂੰ ਲਚਕੀਲਾ ਬਣਾ ਦਿੰਦਾ ਹੈ ਮਤਲਬ ਫਲੈਕਸੀਬਲ ਬਣਾ ਦਿੰਦਾ ਹੈਗਾ ਇਹਨਾਂ ਨੇ ਕੁੱਲ 2 ਬੁੱਚੇ ਸੀਗੇ ਪਰ ਆਪਾਂ ਸਾਰੀ ਕਰ ਲੈਨੇ ਆਂ ਹਰਨੀਆਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇਗੀਆਂ ਚੌਥਾ ਪਾਚਨ ਸ਼ਕਤੀ ਵਧਾਉਂਦਾ ਹੈ ਪੇਟ ਦੀ ਗੈਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਸਿਮ ਹੈਗਾ ਰੀੜ ਦੀ ਹੱਡੀ ਮਜ਼ਬੂਤ ਹੋ ਜਾਂਦੀ ਹੈ ਸੱਤਮਾ ਹੈਗਾ ਲੱਤਾਂ ਤੇ ਬਾਹਾਂ ਵਿੱਚ ਤਾਕਤ ਆਉਂਦੀ ਹੈ ਅੱਠਮਾ ਹੈਗਾ ਗੁਰਦੇ ਦੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਦੂਰ ਹੋ ਜਾਂਦੀਆਂ ਨੇ ਕਿ ਚੱਕਰ ਆਉਣ ਦੇ ਨਾਲ ਅਗਲਾ ਪ੍ਰਸ਼ਨ ਆਪਾਂ ਦੇਖਦੇ ਆਂਗੇ ਏਸ਼ੀ ਖੇਡਾਂ ਦਾ ਮੋਟੋ ਕੀ ਹੈ ਏਸ਼ੀ ਖੇਡਾਂ ਦਾ ਮੋਟੋ ਹੈ ਜਾਨਕੀ ਮਾਟੋ ਜਾਂ ਮੋਟੋ ਹਮੇਸ਼ਾ ਅੱਗੇ ਵਧਣਾ ਹੈ ਹਾਂਜੀ ਹਮੇਸ਼ਾ ਅੱਗੇ ਵਧਣਾ ਏਸ਼ੀ ਖੇਡਾਂ ਦੀ ਸੌ ਅਤੇ ਖੇਡਾਂ ਦੇ ਨਿਯਮ 올ੰਪਿਕ ਖੇਡਾਂ ਵਾਲੇ ਹੀ ਹਨ ਹਾਂਜੀ ਇਹ ਤੁਹਾਡਾ ਆਨਸਰ ਹੈਗਾ ਨੋਟ ਕਰ ਲਿਓ ਇਸ ਨੂੰ ਅਗਲਾ ਪ੍ਰਸ਼ਨ ਹੈਗਾ ਖੇਡਾਂ ਦੇ ਗੁਣ ਖੇਡਾਂ ਮਨੁੱਖ ਅੰਦਰ ਹੀਟ ਲਿਖੇ ਗੁਣਾਂ ਦਾ ਵਿਕਾਸ ਕਰਦੀਆਂ ਨੇਗੀਆਂ ਚਲੋ ਆਪਾਂ ਜਿਹੜੇ ਦੇਖਦੇ ਬਿਨਾ ਹੈ ਕਿਹੜਾ ਕੌਨਸਟ ਹੈਗਾ ਤੁਹਾਡੇ ਕੌਨਸਟ ਪੇਪਰ ਦੇ ਵਿੱਚ ਤੇ ਹਾਂਜੀ ਇਸੇ ਹੀ ਖੇਡ ਦਾ ਮਾਟੋ ਕੀ ਹੈ ਆਪਾਂ ਨੇ ਉਰੇ ਤੱਕ ਜਿਹੜੀਆਂ ਹੈਗੀਆਂ ਨੇ ਇਹ ਕਰ ਲੱਤੇ ਨੇਗੇ ਠੀਕ ਹੈ ਜੀ ਇਸ ਤੋਂ ਅੱਗੇ ਆ ਗਏ ਨੇ ਤੁਹਾਡੇ ਪ੍ਰਸ਼ਨ ਹਾਂਜੀ ਭਾਗ ਈ ਦੇ ਵਿੱਚ ਠੀਕ ਹੈ ਭਾਗ ਈ ਦੇ ਵਿੱਚ ਜਿਵੇਂ ਕਿ ਉਹ ਜਿਹੜੇ ਹੈਗੇ ਸੀਗੇ ਭਾਗ ਐਡ ਦੇ ਵਿੱਚ ਉਹ ਹੋਣਗੇ ਤੁਹਾਡੇ 2-2 ਨੰਬਰ ਦੇ ਸੀਗੇ 5 ਠੀਕ ਹੈ ਜੀ 10 ਨੰਬਰ ਦੇ ਤਾਂ ਇਹ ਹੈਗੇ ਨੇ ਜਿਹੜੇ ਤੁਹਾਡੇ 1 ਮਿੰਟ ਮੈਂ ਤੁਹਾਨੂੰ ਦੱਸ ਦਿੰਦੇ ਮੈਂ ਕਿੰਨੇ ਨੰਬਰ ਦੇ ਨੇ 25 ਨਹਿਗੇ ਨਾ ਤੇ ਹਾਂਜੀ ਆਪਾਂ b ਦਾ ਕਿਤਨੀ ਕੀ ਗ੍ਰਾਮਰ ਦੇ ਤੇ ਇਹ ਦੋ ਦੋ ਨੰਬਰ ਦੇ ਹੋਣਗੇ ਭਾਗ a ਦੇ ਵਿੱਚ ਭਾਗ e ਦੇ ਵਿੱਚ ਹੈਗੇ ਨੇ ਤਿੰਨ ਤਿੰਨ ਨੰਬਰ ਦੇ ਪਹਿਲਾ ਕੁਐਸਚਨ ਹੈਗਾ ਖੇਡਾਂ ਦੇ ਗੁਣਾਵਾਰੇ ਸੰਕੇਤ ਲਿਖੋ ਖੇਡਾਂ ਦੇ ਗੁਣਾਵਾਰ ਲਿਖਣਾ ਇਸ ਵਾਰ 27ਵਾਂਗਾ ਨਵੀਨ 올ੰਪਿਕ ਖੇਡਾਂ ਦਾ ਮਾਟੋ ਲਿਖੋ 28ਵਾਂਗਾ ਨਕਰਾਂ ਇਨਸਾਨ ਲੈਣ ਦੇ ਲਾਭ ਲਿਖੋ 29ਵਾਂਗਾ अनुलोम विलोम केया दे लाभ लिखो तीमगा बलवीर सिंह दे मॉडले जीवन बारे लिखो चलो आपा इनਾਂ ਦੇ ਜਿਹੜੇ ਕੱਠਿਆਂ ਦੇ ਆਨਸਰ ਹੋ ਕਰ ਲੈਨੇ ਆਂਗੇ ਜੇ ਕੈ ਚੈਨਲ ਤੇ ਪਹਿਲੀ ਵਾਰ ਆਇਓਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵੀ ਤੁਹਾਡੇ ਪੇਪਰਾਂ ਦੀ ਤਿਆਰੀ ਕਰਵਾਈ ਜਾਊਗੀ ਤੁਹਾਡੇ 10ਵੀਂ ਕਲਾਸ ਦੀ ਵਿੱਚ ਕਿਡਾਂ ਦੇ ਗੁਣ ਖੇਡਾਂ ਮਨੋਕੰਦਰ ਹੇਠ ਲਿਖੇ ਗੁਣਾ ਦਾ ਵਿਕਾਸ ਕਰਦੀਆਂ ਨੇ ਸਿਹਤ ਖੇਡਾਂ ਸਿਹਤ ਪ੍ਰਦਾਨ ਕਰਦੀਆਂ ਹਨ ਖਿਡਾਰੀਆਂ ਦੇ ਭੱਜਣ ਦੌੜਨ ਅਤੇ ਉਛਲਣ ਕੁੱਦਣ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਵਿੱਚ ਆ ਜਾਂਦੇ ਹਨ ਦਿਲ ਫੇਫੜੇ ਬਾਚਨ ਅੰਗ ਆਦੀ ਸਾਰੇ ਹੀ ਠੀਕ ਅੰਗ ਠੀਕ ਪ੍ਰਕਾਰ ਨਾਲ ਕੰਮ ਕਰਨ ਲੱਗ ਜਾਂਦੇ ਹਨ ਮਾਸਪੇਸ਼ੀਆਂ ਵਿੱਚ ਤਾਕਤ ਤੇ ਲਚਕ ਵੱਧ ਜਾਂਦੀ ਹੈ ਠੀਕ ਹੈ ਜੋੜ ਲਚਕਦਾਰ ਹੋ ਜਾਂਦੇ ਹਨ ਤੇ ਸਰੀਰ ਅੰਦਰ ਫੁਰਤੀ ਆ ਜਾਂਦੀ ਹੈ ਇਸ ਤਰ੍ਹਾਂ ਖੇਡਾਂ ਨਾਲ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਗਲਾ ਪੁਆਇੰਟ ਹੈਗਾ ਦੂਜਾ ਸਡੋਲ ਸਰੀਰ ਯਾਨੀ ਕਿ ਕੰਡੀਸ਼ਨ ਹੋੜਾ ਬੋਡੀ ਠੀਕ ਇਡਾਂ ਵਿੱਚ ਹੈ ਖਿਡਾਰੀ ਨੂੰ ਭੱਜਣਾ ਭੱਜਣਾ ਪੈਂਦਾ ਹੈ ਜਿਸ ਨਾਲ ਉਸ ਦਾ ਸਰੀਰ ਸਡੋਲ ਹੋ ਜਾਂਦਾ ਹੈ ਇਸ ਨਾਲ ਉਸ ਦੇ ਵਿਅਕਤੀਗਤ ਵਿੱਚ ਨਿਖਾਰ ਆ ਜਾਂਦਾ ਹੈ ਤਾਂ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਅਗਲਾ ਪੁਆਇੰਟ ਹੈਗਾ ਸੰਵੇਖਾ ਦਾ ਸੰਤਲਨ ਠੀਕ ਹੈ ਸੰਵੇਖਾ ਦਾ ਸੰਤਲਨ ਸਫਲ ਜੀਵਨ ਲਈ ਜ਼ਰੂਰੀ ਹੈ ਜੇ ਇਸ ਉੱਪਰ ਕੰਟਰੋਲ ਨਾ ਰੱਖਿਆ ਜਾਵੇ ਤਾਂ ਉਦਾਸੀ ਅਤੇ ਕਮੰਡਮੁਖ ਨੂੰ ਚੱਕਰ ਵਿੱਚ ਪਾ ਕੇ ਉਸ ਦੀ ਸ਼ਖਸੀਅਤ ਨੂੰ ਨਸ਼ਟ ਕਰ ਦਿੰਦਾ ਹੈ ਠੀਕ ਹੈ ਜੀ ਖੇਡਾਂ ਮਨੁੱਖ ਦੇ ਮਨ ਨੂੰ ਜ਼ਿੰਦਗੀ ਦੀਆਂ ਉਲਝਣਾ ਤੋਂ ਦੂਰ ਹਟਾਉਂਦੀਆਂ ਹਨ ਅਤੇ ਉਸ ਦਾ ਮਨ ਪ੍ਰਸ਼ੰਨ ਕਰਦੀਆਂ ਹਨ ਅਤੇ ਉਸ ਨੂੰ ਸੰਵੇਗਾ ਉੱਪਰ ਕਾਬੂ ਪਾਉਣ ਵਿੱਚ ਸਫਲ ਬਣਾਉਂਦੀਆਂ ਹਨ ਤਾਂ ਇਹ ਪੁਆਇੰਟ ਅਗਲਾ ਪੁਆਇੰਟ ਹੈਗਾ ਜਿਵੇਂ ਕਿ ਦੇਖ ਸਕਦੇ ਹਾਂ ਕਿ ਤੇਜ਼ ਬੁੱਧੀ ਦਾ ਵਿਕਾਸ ਜਿਹੜੇ ਖੇਡਾਂ ਨਾਲ ਜਿਹੜਾ ਤੇਜ਼ ਬੁੱਧੀ ਹੋ ਜਾਂਦੀ ਹੈ ਖੇਡਾਂ ਸਮੇਂ ਮੁਨ ਖਿਡਾਰੀ ਨੂੰ ਹਰ ਇੱਕ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਹੱਲਬੰਨ ਵਿੱਚ ਰਤਾ ਵੀ ਦੇਰ ਹੋ ਜਾਣ ਤੇ ਸਾਰੀ ਖੇਡ ਦਾ ਪਾਸਾ ਪਲਟੇ ਛਕਦਾ ਹੈ ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਹਰ ਇੱਕ ਖਿਡਾਰੀ ਹਰ ਸਮੇਂ ਕਿਸੇ ਨਾ ਕਿਸੇ ਸਮੱਸਿਆ ਦੇ ਹੱਲ ਵਿੱਚ ਲੱਗਿਆ ਰਹਿੰਦਾ ਹੈ ਉਸੇ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪ ਹੱਲ ਕਰਨ ਦਾ ਅਫਸਰ ਮਿਲਦਾ ਹੈ ਸਿੱਟੇ ਵਜੋਂ ਉਸ ਦੀ ਤਿੱਖੀ ਬੁੱਧੀ ਦਾ ਵਿਕਾਸ ਹੁੰਦਾ ਹੈ ਖੇਡਾਂ ਨਾਲ ਠੀਕ ਹੈ ਜੀ ਅਗਲਾ ਪੁਆਇੰਟ ਅੱਗੇ ਆ ਕੇ ਕੌਨਸ਼ਨ ਨਵੀਂ 올림픽 ਖੇਡਾਂ ਦਾ ਮਾਟੋ ਕੀ ਹੈ 올림픽 ਖੇਡਾਂ ਦਾ ਮਾਟੋ ਸ਼ਿਕਾਜੀ ਸੀਟਸ ਹਾਂਜੀ ਸਿਟੀਸ ਠੀਕ ਹੈ ਜੀ ਆ ਐਲਟਿਸ ਅਤੇ 40ਸ ਇਹ ਇਹ ਤਿੰਨ ਸ਼ਬਦ ਠੀਕ ਹੈ ਜੀ ਲੱਤ ਨਹੀਂ ਪਾ ਸਕਦੇ ਸ਼ਬਦ ਹਨ ਯਾਨਕਿ ਲੱਤ ਨਹੀਂ ਪਾ ਸਕਦੇ ਸ਼ਬਦ ਨੇਗੇ ਇਹ ਤਾਂ ਪਹਿਲਾ ਹੈਗਾ ਸਿਟੀਸ ਯਾਨਕਿ ਅਥਾਂਤ ਤੇਜ਼ ਇਸ ਤੋਂ ਬਾਅਦ ਐਲਟਿਸ ਇਹ ਹੈਗਾ ਥਾਂ ਤੋਂ ਉੱਚਾ ਇਸ ਤੋਂ ਬਾਅਦ 40ਸ ਇਹ ਹੈਗਾ ਅਥਾਂਸ ਤਕੜਾ ਹੈ ਤਾਂ ਇਹ ਤੁਹਾਡੇ ਆਨਸਰ ਨੇ ਮਾਟੋ ਨੇ ਇਹ ਠੀਕਾ ਨੋਟ ਕਰ ਲਓ ਅਗਲਾ ਪੁਆਇੰਟ ਆ ਇਸ ਤੋਂ ਬਾਅਦ ਆਪਾਂ ਦੇਖਦੇ ਆਂਗੇ ਅਗਲਾ ਹੈਗਾ ਨੱਕ ਰਾਹੀਂ ਸਾਹ ਲੈਣ ਦੇ ਕੀ ਲਾਭ ਹਨ ਜਦੋਂ ਆਪਾਂ ਨੱਕ ਰਾਹੀਂ ਸਾਹ ਲੈਂਦੇ ਹੁਦੇ ਲਾਭ ਕੀ ਨੇ ਨੱਕ ਨੂੰ ਰਾਹੀਂ ਸਾਹ ਲੈਣ ਨਾਲ ਹਵਾ ਸੋਧਦੇ ਤੇ ਗਰਮ ਹੋ ਕੇ ਸਰੀਰ ਵਿੱਚ ਜਾਂਦੀ ਹੈ ਤਾਂ ਇਹ ਲਾਭ ਨੇ ਨੋਟ ਕਰ ਲਓ ਅਗਲਾ ਪੁਆਇੰਟ ਹੈਗਾ ਅਨੁਲੋਮ ਵਿਲੋਮ ਕਿਰਿਆ ਦੇ ਲਾਭ ਲਿਖੋ ਇਸ ਨਾਲ ਵਿਅਕਤੀ ਦੀ ਸਾਹ ਕਿਰਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਦੂਜਾ ਹੈਗਾ ਵਿਅਕਤੀ ਦੀ ਸਹਿਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੀਜਾ ਪੁਆਇੰਟ ਹੈ ਇਸ ਨਾਲ ਦਿਮਾਗ ਤਣਾਅ ਚਿੰਤਾ ਤੇ ਦਵਾ ਆਦੀ ਸਮੱਸਿਆਵਾਂ ਤੋਂ ਮੁਕਤੀ ਮਿਲਦੀ ਹੈ ਚੌਥਾ ਪੁਆਇੰਟ ਹੈ ਹਾਂਜੀ ਨਿਯਮਿਤ ਰੂਪ ਵਿੱਚ ਇਸ ਦਾ ਪਿਆਸ ਕਰਨ ਨਾਲ ਵਿਅਕਤੀ ਦੀ ਯਾਦਦਾਸ਼ਤ ਜਿਹੜੀ ਸ਼ਕਤੀ ਹੈਗੀ ਉਹ ਵਧ ਜਾਂਦੀ ਹੈ 5ਮ ਪੁਆਇੰਟ ਹੈ ਸਰੀਰ ਦੀ ਰੋਗਾਂ ਖਿਲਾਫ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਹਾਂਜੀ ਪੁਆਇੰਟ 5 ਪੁਆਇੰਟ ਨੇਗੇ 5 ਪੁਆਇੰਟ ਸਣੀ ਦੇ ਨਾਲ ਤੁਸੀਂ ਇਹ ਪੜ ਲੈਣੇ ਹੈਗੇ ਬਰੀ ਬਰੀ ਇੰਪੋਰਟੈਂਟ ਹੈ ਠੀਕ ਹੈ ਜੀ ਨੋਟ ਕਰ ਲਓ ਇਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ ਹਾਂਜੀ ਬਲਬੀਰ ਸਿੰਘ ਆ ਬਲਬੀਰ ਸਿੰਘ ਦਾ ਮੋਡਲਾ ਜੀਵਨ ਬਾਰੇ ਆਪਾਂ ਲਿਖਣਾ ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ ਜਾਨਕੀ ਫਲੋਰ ਵਿਖੇ 10 ਅਕਤੂਬਰ 1924 ਨੂੰ ਹੋਇਆ ਹਾਂਜੀ ਸਰਦਾਰ ਦਲੀਪ ਸਿੰਘ ਉਸਦੇ ਪਿਤਾ ਜੀ ਅਤੇ ਸ਼੍ਰੀਮਤੀ ਕਰਮਕੌਰ ਮਾਤਾ ਜੀ ਨੂੰ ਉਸਦੇ ਪਿਤਾ ਇੱਕ ਆਜ਼ਾਦੀ ਹਾਂਜੀ ਕੁਲਾਈਏ ਅਤੇ ਮੋਗਾ ਵਿਖੇ ਅਧਿਆਪਕ ਸਨ ਇਸ ਕਾਰਨ ਉਸਨੇ ਆਪਣਾ ਮਢਲੀ ਸਿੱਖਿਆ ਦੇਵ ਸਮਾਜ ਸਕੂਲ ਮੋਗਾ ਤੋਂ ਹਾਸਲ ਕੀਤੀ ਉਸਨੇ ਸਕੂਲ ਦੀ ਹਾਕੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ ਹਾਂਜੀ ਨੋਟ ਕਰ ਲਈ ਉਸਦਾ ਆਨਸਰ ਅਗਲਾ ਪ੍ਰਸ਼ਨ ਹੈਗਾ ਅੱਗੇ ਆਉਣਗੇ ਤੁਹਾਨੂੰ ਵੱਡੇ ਪ੍ਰਸ਼ਨ ਆ ਗਏ ਨੇ ਠੀਕ ਹੈ ਜੇਪਰ ਵੱਡੇ ਦੇਖਦੇ ਮੈਨੇ ਕਿੰਨੇ ਕਿੰਨੇ ਨੰਬਰ ਦੇ ਨੇ ਵੱਡੇ ਤੁਹਾਨੂੰ 1 ਹੀ ਲਿਖਣਾ ਹੋਊਗਾ ਜਿਹੜੇ 1 ਦੇ ਵਿੱਚ ਉਹ ਆਪਸ਼ਨ ਹੋਊਗੀ ਹਾਂਜੀ ਭਾਗ ਸਸਾ ਆ ਗਿਆ ਹਾਂਜੀ ਇਹ ਜਿਹੜਾ ਹੈਗਾ ਤੁਹਾਨੂੰ ਇੱਕ ਜਿਹੜਾ ਪ੍ਰਸ਼ਨ ਆ ਉਹ 5 ਨੰਬਰ ਦਾ ਹੈਗਾ ਯਾਨੀ ਕਿ ਤੁਹਾਨੂੰ ਜਾਣ ਦਿੱਤਾ ਹੋਇਆ ਇਹਨਾਂ ਦੋਨਾਂ ਪ੍ਰਸ਼ਨਾਂ ਦੇ ਵਿੱਚੋਂ ਕੋਈ ਇੱਕ ਕਰਨਾ 31ਵੇਂ ਤੇ ਯੋਗ ਦੇ ਸਮੇ ਵਿੱਚ ਸਰੀਰਿਕ ਸਿੱਖਿਆ ਦੀਆਂ ਮਹੱਤਤਾਵਾਂ ਬਾਰੇ ਲਿਖੋ ਇਸ ਤੋਂ ਬਾਅਦ ਯੋਗ ਆਸਨ ਦੇ ਲਾਭ ਵਿਸਥਾਰ ਪੂਰਵਕ ਲਿਖੋ ਚਲੋ ਮੈਂ ਤੁਹਾਨੂੰ ਜਿਹੜਾ ਇਹਨਾਂ ਦਾ ਹੋਆ ਆਨਸਰ ਉਹ ਕਰਵਾ ਦੇਣਾ ਅਤੇ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜਰੂਰ ਜੁਆਇਨ ਕਰ ਲੈਣਾ ਜਿਸ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਟੈਲੀਗ੍ਰਾਮ ਗਰੁੱਪ ਦਾ ਜਿਸ ਤੋਂ ਤੁਹਾਨੂੰ ਇਸ ਪੇਪਰ ਦਾ ਪੀਡੀਐਫ ਮਿਲ ਜੂਗਾ ਤੇ ਹੋਰ ਜਾਣਕਾਰੀਆਂ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਦੇ ਮਿਲ ਜਾਣਗੀਆਂ ਤਾਂ ਹੁਣੇ ਤੋਂ ਹੁਣੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਜੋ ਕਿਸੇ ਸਮੇਂ ਵਿੱਚ ਸਰੀਰਕ ਸਿੱਖਿਆ ਦੀਆਂ ਮੱਤਤਾਵਾਂ ਬਾਰੇ ਵਿਸਥਾਰਪੂਰਵਕ ਲਿਖੋ ਜੋ ਕਿਸੇ ਸਮੇਂ ਵਿੱਚ ਸਰੀਰਕ ਸਿੱਖਿਆ ਦੀ ਲੋੜ ਅਤੇ ਮੱਤਤਾਂ ਤੋਂ ਨਾ ਨਹੀਂ ਕੀਤਾ ਜਾ ਸਕਦੀ ਹਾਂਜੀ ਐਚਸੀ ਬਕਰ ਠੀਕ ਹੈ ਜੀ ਅਨੁਸਾਰ ਸਰੀਰਿਕ ਸਿੱਖਿਆ ਸਾਧਨ ਸਧਾਰਨ ਸਿੱਖਿਆ ਦੇ ਪ੍ਰੋਗਰਾਮ ਦਾ ਉਹ ਹਿੱਸਾ ਹੈ ਜਿਸ ਵਿੱਚ ਸਰੀਰਿਕ ਕਿਰਿਆਵਾਂ ਦੁਆਰਾ ਬੱਚੇ ਦਾ ਪੂਰਨ ਵਿਕਾਸ ਕੀਤਾ ਜਾਂਦਾ ਹੈ ਜੋ ਕਿ ਸਮੇਂ ਵਿੱਚ ਸਰੀਰਿਕ ਸਿੱਖਿਆ ਦੇ ਮੱਥਪੋੜਨ ਦਾ ਵਰਨਰ ਹੇਟ ਲਿਖੇ ਅਨੁਸਾਰ ਹੈ ਜਿਵੇਂ ਕਿ ਪਹਿਲਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਜਾਂਦਾ ਖੇਡਾਂ ਦੇ ਨਾਲ ਤਾਂ ਇਸ ਨੂੰ ਨੋਟ ਕਰ ਲੈਣਾ ਇਹ ਤੋਂ ਦੂਜਾ ਪੁਆਇੰਟ ਹੈ ਸਵੈ ਗਿਆਨ ਇਸ ਨੂੰ ਨੋਟ ਕਰਨ ਨਾਲ ਵੀਡੀਓ ਨੂੰ ਰੋਕ ਕੇ ਪੜ੍ਹ ਲਓ ਤੀਜਾ ਪੁਆਇੰਟ ਹੈ ਤਿਆਗ ਅਤੇ ਅਨੁਸ਼ਾਸਨ ਠੀਕ ਹੈ ਜੀ ਨੋਟ ਕਰ ਲਈ ਇਸ ਨੂੰ ਪੜ੍ਹ ਲਓ ਠੀਕ ਹੈ ਜੀ ਦਾ ਨੈਕਸਟ ਪੁਆਇੰਟ ਹੈਗਾ ਆਪਸੀ ਸੰਬੰਧ ਠੀਕ ਹੈ ਜੀ ਤਾਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਇਸ ਤੋਂ ਬਾਅਦ ਸੀਮਾ ਪੁਆਇੰਟ ਹੈ ਸਮਾਜਿਕ ਗੁਣਾ ਗੁਣਾ ਦਾ ਵਿਕਾਸ ਯਾਨੀ ਕਿ ਡਵੈਲਪਮੈਂਟ ਆਫ ਸੋਸ਼ਲ ਕੁਆਲਿਟੀਆਂ ਠੀਕ ਹੈ ਜੀ ਇਸ ਨੂੰ ਪੜ ਲੈਣਾ ਇਸ ਦੇ ਨਾਲ ਹੀ ਤੁਹਾਡਾ ਇਹ ਇੱਕ ਕਵਿਸ਼ਨ ਕੰਪਲੀਟ ਹੋ ਰਿਹਾ ਇਸ ਤੋਂ ਬਾਅਦ ਜਾਂ ਦੇ ਵਿੱਚ ਜਿਹੜਾ ਹੈਗਾ ਸੀ ਉਹ ਆਪਾਂ ਪੜਦੇ ਹਾਂਗੇ ਹਾਂਜੀ ਯੋਗਾ ਸਨ ਨਾਲ ਮਨੁੱਖ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਹਾਂਜੀ ਇਹ ਕਵਿਸ਼ਨ ਹੈ ਹੋਇਆ ਵੀ ਨਾ ਯੋਗਾ ਨਾਲ ਕੀ ਮਿਲਦਾਗਾ ਕਿ ਕੀ ਕੀ ਲਾਭ ਮਿਲਦੇ ਨੇ ਸਰੀਰ ਨੂੰ ਹਾਂਜੀ ਯੋਗਾ ਸਤਿ ਨਾਲ ਜਿਹੜਾ ਮਨੁੱਖ ਦਾ ਸਰੀਰ ਉਹ ਤੰਦਰੁਸਤ ਰਹਿੰਦਾਗਾ ਠੀਕ ਹੈ ਜੀ ਅਗਲਾ ਪੁਆਇੰਟ ਹੈ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਕਿ ਯੋਗਾ ਕਰਨ ਦੇ ਨਾਲ ਤੀਜਾ ਹੈਗਾ ਮਾਨਸਿਕ ਕਮਜ਼ੋਰੀ ਦੂਰ ਹੋ ਜਾਂਦੀ ਹੈ ਸਰੀਰ ਇੱਕ ਸ਼ਕਤੀਸ਼ਾਲੀ ਬਣ ਜਾਂਦਾ ਹੈ ਸਰੀਰ ਜਿਹੜਾ ਸ਼ਕਤੀਸ਼ਾਲੀ ਬਣ ਜਾਂਦਾ ਹੈਗਾ ਪੰਜਵਾਂ ਮਨੁੱਖ ਤੇ ਜਲਦੀ ਖਿਬਰਾੜਦਾ ਪ੍ਰਭਾਵ ਨਹੀਂ ਪੈਂਦਾ ਛੇਮਾ ਚਿੰਤਾ ਅਤੇ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਸੱਤਵਾਂ ਹੈਗਾ ਮਨੁੱਖ ਦਾ ਸਰੀਰ ਆਕਸ਼ਣ ਅਤੇ ਸੁਖਿਠਿਤ ਬਣ ਜਾਂਦਾ ਹੈ ਅੱਠਵਾਂ ਹੈਗਾ ਯੋਗ ਦੁਆਰਾ ਮਨੁੱਖ ਨੂੰ ਪੂਰਨ आत्मविश्वास प्राप्त होता है इस बाद अगला पॉइंट है योग का उद्देश्य शरीर ਨੂੰ ਲਚਕਦਾਰ निरोग ਅਤੇ ਯੋਸੀਸਲਾ ਬਣਾ ਦਿੰਦਾ ਹੈ ਜਾਨੀ ਕਿ ਯੋਸੀਸਲਾ ਬਣਾ ਦਿੰਦਾ ਹੈ ਤਾਂ ਇਹ ਜਿਹੜਾ ਤੁਹਾਡਾ ਆਨਸਰ ਹੈ ਇਸ ਨਾਲ ਜਿਹੜਾ ਤੁਹਾਡਾ ਪੇਪਰ ਹੈ ਕੰਪਲੀਟ ਹੋ ਰਿਹਾ ਠੀਕ ਹੈ ਜੀ ਚੈਨਲ ਤੇ ਪਹਿਲੀ ਵਾਰ ਆਏ ਸੀਗੇ ਚੈਨ ਨੂੰ ਸਬਸਕ੍ਰਾਈਬ ਕਰ ਲਓ ਅਤੇ ਨੀਚੇ ਕਮੈਂਟ ਬਾਕਸ ਵੀ ਜਰੂਰ ਦਾ ਦੇਣਾ ਤੁਹਾਡੇ ਪਿੰਡ ਜਾਂ ਸ਼ਹਿਰ ਦਾ ਨਾਮ ਕੀ ਹੈ ਅਸੀਂ ਇੱਕ ਪੂਲ ਚਲਾਇਆ ਹੋਇਆ ਜਿਸ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਥੋਂ ਜਿਹੜੇ ਹੈਗੇ ਨੇ ਵਿਦਿਆਰਥੀ ਜ਼ਿਆਦਾਤਰ ਸਾਡੀਆਂ ਵੀਡੀਓਜ਼ ਦੇਖਦੇ ਨੇ ਤਾਂ ਜਿਹੜਾ ਸਭ ਤੋਂ ਪਹਿਲਾਂ ਕਮੈਂਟ ਕਰੂ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਉਸ ਦਾ ਮੈਂ ਕਮੈਂਟ ਜਿਹੜਾ ਉਹ ਲਾਈਕ ਕਰੂੰਗਾ ਤੇ ਪਿੰਨ ਕਰੂੰਗਾ ਠੀਕ ਹੈ ਜੀ ਪੀਡੀਐਫ ਦੇ ਲਈ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਮੈਂ ਤੁਹਾਨੂੰ ਇੱਕ ਹੋਰ ਪੇਪਰ ਸ਼ੇਅਰ ਕਰਨ ਲੱਗਿਆਗਾ ਉਹ ਪੇਪਰ ਨੰਬਰ ਕਰ ਦੂੰਗਾ ਵੀਡੀਓ ਤਾਂ ਉਸਦੇ ਲਈ ਬਨੇ ਰਹੋ ਆਪਣੇ ਚੈਨਲ ਤੇ ਅਤੇ ਇਹ ਤੁਹਾਡੇ ਪੇਪਰ ਨੌਵੀਂ ਕਲਾਸ ਦਾ ਲਾਸਟ ਪੇਪਰ ਹੈ ਤੁਹਾਡਾ ਫਾਈਨਲ ਪੇਪਰ ਅਤੇ ਇਸ ਤੋਂ ਬਾਅਦ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ 10ਵੀਂ ਕਲਾਸ ਦੀ ਬੋਰਡ ਦੀ ਹੈਗੀ ਉਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਵਾਈ ਹੋ ਗਈ ਸਾਡੇ ਵੱਲੋਂ ਅਤੇ ਨੌਵੀਂ ਕਲਾਸ ਦੇ ਤੁਹਾਡੇ ਫਾਈਨਲ ਪੇਪਰਾਂ ਦੀ ਅਤੇ ਪ੍ਰੀ ਬੋਰਡ ਪੇਪਰਾਂ ਦੀ ਤੋਂ ਹੋਰ ਨਵੇਂ ਪੇਪਰਾਂ ਦੀ ਸਾਡੇ ਵੱਲੋਂ ਪੂਰੀ ਹੈਲਪ ਕਰਵਾਈ ਗਈ ਹੈ ਅਤੇ ਤੁਹਾਡੇ ਵੱਲੋਂ ਵੀ ਪੂਰੀ ਸਪੋਰਟ ਕੀਤੀ ਗਈ ਹੈ ਸਾਡੇ ਚੈਨਲ ਦੀ ਤਾਂ ਉਸ ਦੇ ਲਈ ਧੰਨਵਾਦ ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਨਾਲ ਤਤਕ ਲਈ ਧੰਨਵਾਦ